ਜੋ ਰਵਨੀਤ ਬਿੱਟੂ ਹੋਣਾ ਦੇ ਬਿਆਨ ਨੇ ਲਗਾਤਾਰ ਕਹਿੰਦੇ ਵੱਖਰੇ ਵੱਖਰੇ ਹੁੰਦੇ ਨੇ ਹੁਣ ਤਾਂ ਸਿੱਧਾ ਰਾਫਲ ਗਾਂਧੀ ਤੱਕ ਹੀ ਪਹੁੰਚ ਗਏ ਕਿ ਇਹ ਅੱਤਵਾਦੀ ਹੈ ਇੱਕ ਨੰਬਰ ਦਾ ਇਹ ਜਿਹੜਾ ਰਵਨੀਤ ਬਿੱਟੂ ਹੈ ਨਾ ਇਹ ਤੇ ભાੜੇ ਦਾ ਟਕਟੂ ਹੈ ਉਹਨਾਂ ਨੇ ਇਹਨੂੰ ਪਾਲਿਆ ਪੜੋਸਿਆ ਕਾਂਗਰਸ ਨੇ ਇਹ ਕੁਝ ਵੀ ਨਹੀਂ ਸੀ ਰਾਹੁਲ ਗਾਂਧੀ ਨੇ ਤੇ ਇਹਦੇ ਦਾਦੇ ਦੀ ਵਿਰਾਸਤ ਜਿਹੜੀ ਉਹਦੀ ਕਤਲ ਹੋਇਆ ਸੀ ਜਿਹਨੂੰ ਇਹ ਸ਼ਹੀਦ ਕਹਿੰਦੇ ਉਹ ਸੋਚ ਕੇ ਤੇ ਉਹਨੇ ਇਸ ਨੂੰ ਕਾਂਗਰਸ ਵਿੱਚ ਉੱਚਾ ਰੁਤਬਾ ਦਿੱਤਾ ਇਹਦੀ ਥਾਂ ਬਣਾਈ ਇਹਨੂੰ ਪਾੜਿਆ ਪਰੋਸਿਆ ਇਹਨੂੰ ਪਤਾ ਕੀ ਸੀ ਇਹਨੂੰ ਤਾਂ ਗੱਲ ਵੀ ਕਰਨੀ ਨਹੀਂ ਸੀ ਆਉਂਦੀ ਰੋਲ ਗਾਂਧੀ ਕੋਈ ਛੋਟੀ ਜੀ ਚੀਜ਼ ਨਹੀਂ ਲੀਡਰ ਆਫ অপੋਜੀਸ਼ਨ ਹੈ ਉਹਦੇ ਨਾਲ 230 ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਨੂੰ ਉਹ ਰਿਪਰੈਜ਼ੈਂਟ ਕਰਦਾ ਤੋਂ ਇੰਨੇ ਵੱਡੇ ਲੀਡਰ ਨੂੰ ਇਹ ਕਹਿਣਾ ਇੱਕ ਨੰਬਰ ਦਾ ਤਾਂਕਵਾਦੀਆ ਉਹਦਾ ਕੋਈ ਆਧਾਰ ਤੇ ਹੋਵੇ ਉਹ ਜਿਹੜੀਆਂ ਗੱਲਾਂ ਉਹ ਬਿੱਟੂ ਤੋਂ ਕੁਵਾਰੇ ਨੇ ਉਹਦਾ ਰਿਐਕਸ਼ਨ ਭਾਜਪੀ ਦਾ ਜੋ ਨੈਸ਼ਨਲ ਪ੍ਰੈਜ਼ੀਡੈਂਟ ਹੈ ਨੱਡਾ ਉਹ ਕਰਦਾ ਜਾਂ ਉਹਨਾਂ ਦਾ ਕੋਈ ਬੁਲਾਰੇ ਬੋਲਦੇ ਮੈਂ ਤੇ ਇਹ ਕਵਾਂਗਾ ਕਿ ਜਿਹੜਾ ਬਿੱਟੂ ਹੈ ਆਪਾਂ ਕਹਿ ਦਈਏ ਵੀ ਇਹ ਨਕਲ ਸਿੱਖੀ ਹੈ ਨੇ ਕੰਗਣਾ ਰਣੋਤ ਤੋਂ ਸਿੱਖਿਆ ਹੈ ਨਹੀਂ ਤੇ ਕੰਗਣਾ ਰਣੋਤ ਨੂੰ ਵੀ ਜਿਹੜੀਆਂ ਉਹ ਸਟੇਟਮੈਂਟਾਂ ਦਿੰਦੀ ਉਹਦੇ ਪਿੱਛੇ ਭਾਜਪੀ ਦਾ ਹੱਥ ਹੁੰਦਾ ਤੋ ਇਹਨਾਂ ਨੂੰ ਇਹ ਪਦਵੀਆਂ ਦਿੱਤੀਆਂ ਹੀ ਇਸ ਗੱਲ ਕਰਕੇ ਗਈਆਂ ਕਿ ਵੀ ਤੁਸੀਂ ਜਦੋਂ ਅਟੈਕ ਕਰਨਾ ਹੈ ਕਾਂਗਰਸ ਤੇ ਤੇ ਸਿੱਖ ਹੋ ਕੇ ਜਦੋਂ ਤੁਸੀਂ ਅਕਾਲੀ ਦਲ ਤੇ ਅਟੈਕ ਕਰਨਾ ਹੈ ਜਾਂ ਸਿੱਖਾਂ ਦੇ ਕਰਨਾ ਹੈ ਤਾਂ ਉਹ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ। ਭਾਜਪਾ ਦੇ ਨਾਲ ਜਿੰਨੇ ਵੀ ਜੁੜੇ ਹੋਏ ਨੇ ਕਹਿੰਦੇ ਉਹ ਅਕਸਰ ਵਿਵਾਦਤ ਟਿੱਪਣੀਆਂ ਕਰਦੇ ਨੇ। ਮੈਂ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਕੰਗਨਾਰ ਰਣੌਤ ਦੀ। ਕੰਗਨਾਰ ਰਣੌਤ ਵੀ ਲਗਾਤਾਰ ਕਹਿੰਦੇ ਅੱਗੇ ਹਾਂ ਟਿੱਪਣੀਆਂ ਕਰ ਰਹੇ ਨੇ ਜੋ ਕਿ ਸੁਣੀਆਂ ਨਹੀਂ ਜਾ ਸਕਦੀਆਂ ਦੂਜੇ ਪਾਸੇ ਰਵਨੀਤ ਬਿੱਟੂ ਹੋਰਾਂ ਨੇ ਫੇਰ ਟਿੱਪਣੀ ਕਰ ਦਿੱਤੀ ਰਾਫਲ ਗਾਂਧੀ ਨੂੰ ਲੈ ਕੇ ਰਾਫਲ ਗਾਂਧੀ ਨੂੰ ਲੈ ਕੇ ਕਹਿ ਦਿੱਤਾ ਕਿ ਇੱਕ ਨੰਬਰ ਦਾ ਆਤਵਾਦੀ ਹੈ ਕਾਂਗਰਸ ਜਿਹੜੀ ਹੈ ਉਸ ਨੂੰ ਲਗਾਤਾਰ ਸਵਾਲ ਕਰਨ ਲੱਗੀ ਕਿ ਕਿਵੇਂ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਤੁਹਾਨੂੰ ਬੜਾ ਕੁਝ ਦਿੱਤਾ ਇੱਥੋਂ ਤੱਕ ਲੈ ਆਏ ਜਿਨ੍ਹਾਂ ਨੇ ਮੈਂ ਬਰੋ ਪਾਰਲੀਮੈਂਟ ਬਣਾਇਆ ਤੁਸੀਂ ਕਿਵੇਂ ਇਸ ਤਿੱਕੇ ਦੀ ਜਿਹੜੀ ਸ਼ਬਦਾਵਲੀ ਉਹਨਾਂ ਦੀ ਵਰਤ ਸਕਦੇ ਹੋ ਇਸ ਉੱਤੇ ਗੱਲਬਾਤ ਕਰਾਂਗੇ ਐਪੀਸੋਡ ਸੰਵਾਦ ਦੇ ਤੀਜੇ ਐਪੀਸੋਡ ਦੇ ਵਿੱਚ ਜੁੜ ਚੁੱਕੇ ਤੁਸੀਂ ਸਾਰੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਜੀ ਨੇ ਚਰਚਾ ਕਰਾਂਗੇ ਸਰ ਪਹਿਲਾਂ ਤਾਂ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਨੇ ਲਗਾਤਾਰ ਕਹਿੰਦੇ ਵੱਖਰੇ ਵੱਖਰੇ ਹੁੰਦੇ ਨੇ ਹੁਣ ਤਾਂ ਸਿੱਧਾ ਰਾਫਲ ਗਾਂਧੀ ਤੱਕ ਹੀ ਪਹੁੰਚ ਗਏ ਕਿ ਇਹ ਅੱਤਵਾਦੀ ਹੈ ਇੱਕ ਨੰਬਰ ਦਾ ਦੇਖੋ ਇਹ ਜਿਹੜਾ ਰਵਨੀਤ ਬਿੱਟੂ ਹੈ ਨਾ ਇਹ ਤੇ ਬਾੜੇ ਦਾ ਟੱਕਟੂ ਹੈ ਉਹਨਾਂ ਨੇ ਇਹਨੂੰ ਪਾਲਿਆ ਪਰੋਸਿਆ ਕਾਂਗਰਸ ਨੇ ਇਹ ਕੁਝ ਵੀ ਨਹੀਂ ਸੀ ਰਾਹੁਲ ਗਾਂਧੀ ਨੇ ਇਹਨੂੰ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ 2004 ਚ 5 ਚ ਉਸ ਵੇਲੇ ਦੀ ਉਮਰ ਸਾਰੀ 30 ਸਾਲ ਸੀ ਤੇ ਅਮਰਿੰਦਰ ਰਾਜਵਰਿੰਗ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਔਰ ਇਹਨੂੰ 2009 ਵਿੱਚ ਪਾਰਲੀਮੈਂਟ ਦੀ ਟਿਕਟ ਦਿੱਤੀ ਆਨੰਦਪੁਰ ਸਾਹਿਬ ਤੋਂ ਇਹ ਜਿੱਤ ਗਿਆ ਤੁਸੀਂ ਇਹ ਦੇਖੋ ਕਿ ਜਿਹੜਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਹੁੰਦਾ ਉਸ ਨੂੰ ਤੇ ਕੋਈ ਮਿਊਨਿਸਪਲ ਕਮੇਟੀ ਤੇ ਕਾਉਂਸਲਰ ਦੀ ਟਿਕਟ ਨਹੀਂ ਦਿੰਦਾ ਰੋਹਲ ਗਾਂਧੀ ਨੇਤੇ ਇਹਦੇ ਦਾਦੇ ਦੀ ਵਿਰਾਸਤ ਜਿਹੜੀ ਉਹਦੀ ਕਤਲ ਹੋਇਆ ਸੀ ਜਿਹਨੂੰ ਇਹ ਸ਼ਹੀਦ ਕਹਿੰਦੇ ਉਹ ਸੋਚ ਕੇ ਤੇ ਉਹਨੇ ਇਸ ਨੂੰ ਕਾਂਗਰਸ ਵਿੱਚ ਉੱਚਾ ਰੁਤਬਾ ਦਿੱਤਾ ਇਹਦੀ ਥਾਂ ਬਣਾਈ ਇਹਨੂੰ ਪਾੜਿਆ ਪਰੋਸਿਆ ਇਹਨੂੰ ਪਤਾ ਕੀ ਸੀ ਇਹਨੂੰ ਤਾਂ ਗੱਲ ਵੀ ਕਰਨੀ ਨਹੀਂ ਸੀ ਆਉਂਦੀ ਸਮਝਦੇ ਹੋ ਨਾ ਤਾਂ ਇਹ ਜੋ ਕੁਝ ਹੋਣ ਕਰ ਰਿਹਾ ਹੈ ਇਹ ਇਸ ਆਪਣੇ ਆਪ ਨੂੰ ਜ਼ਿਆਦਾ ਐਕਸਪੋਜ਼ ਕਰ ਰਿਹਾ ਹੈ ਰੋਲ ਗਾਂਧੀ ਨੂੰ ਘੱਟ ਕਰ ਰਿਹਾ ਹੈ ਹਮ ਰੋਲ ਗਾਂਧੀ ਕੋਈ ਛੋਟੀ ਜੀ ਚੀਜ਼ ਨਹੀਂ ਹਮ ਲੀਡਰ ਆਫ ਆਪੋਜੀਸ਼ਨ ਹੈ ਉਹਦੇ ਨਾਲ 200 ਤੇ ਦੀ ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਨੂੰ ਉਹ ਰਿਪਰੈਜ਼ੈਂਟ ਕਰਦਾ ਹੂੰ। ਤੋ ਇੰਨੇ ਵੱਡੇ ਲੀਡਰ ਨੂੰ ਇਹ ਕਹਿਣਾ ਇੱਕ ਨੰਬਰ ਦਾ ਤੰਕ ਵਾਦੀਆ ਉਹਦਾ ਕੋਈ ਹਧਾਰ ਤੇ ਹੋਵੇ। ਹੂੰ। ਰਾਹੁਲ ਗਾਂਧੀ ਨੇ ਜਿਹੜੀਆਂ ਅਮਰੀਕਾ ਵਿੱਚ ਗੱਲਾਂ ਕੀਤੀਆਂ ਜਾਰਜ ਵਿਸ਼ਿੰਗਟਨ ਯੂਨੀਵਰਸਿਟੀ ਵਿੱਚ ਉਹ ਉਸਨੇ ਬੜੀਆਂ ਠੀਕ ਗੱਲਾਂ ਕੀਤੀਆਂ ਮੈਰੀਲੈਂਡ ਚ ਹੈਗੀ ਹੈ ਯੂਨੀਵਰਸਿਟੀ ਵਿਸ਼ਿੰਗਟਨ ਡੀਸੀ ਤੋਂ ਨਜ਼ਦੀਕ ਹੀ ਹੈ ਯੂਨੀਵਰਸਿਟੀ ਮੈਂ ਉਹ ਯੂਨੀਵਰਸਿਟੀ ਚ ਗਿਆ ਵੀ ਹੋਇਆ ਹਾਂ। ਉਹ ਉੱਥੇ ਉਹਨਾਂ ਨੇ ਜਿਹੜਾ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਉਹਨਾਂ ਨੂੰ ਭਾਸ਼ਣ ਦਿੱਤਾ ਉਸ ਭਾਸ਼ਣ ਦੌਰਾਨ ਇੱਕ ਸਿੱਖ ਵਿਦਿਆਰਥੀ ਨੇ ਉੱਠ ਕੇ ਉਹਨਾਂ ਨੂੰ ਸਵਾਲ ਕੀਤਾ ਜਿਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਇੰਨੀ ਵਧੀਆ ਸਟੇਟਮੈਂਟ ਦਿੱਤੀ ਹੈ ਸਿੱਖਾਂ ਜਿਹੜੀ ਭਾਰਤ ਦੀ ਮਿਨੋਰੀਟੀ ਹੈ ਪੌਣੇ 3 ਕਰੋੜ ਉਹਨਾਂ ਪ੍ਰਤੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਤੁਹਾਨੂੰ ਕਿੜਾ ਨਹੀਂ ਪੈਣਣ ਦਿੰਦੇ ਤੁਹਾਨੂੰ ਕਿਰਪਾਨ ਨਹੀਂ ਪੈਣ ਦਿੰਦੇ ਔਰ ਤੁਹਾਡੇ ਹੱਕ ਜਿਹੜੇ ਨੂੰ ਜਿਹੜੇ ਨੂੰ ਉੱਥੇ ਸੇਫ ਨਹੀਂ ਤੇ ਉਸਨੇ ਉਹ ਜੋ ਗੱਲਾਂ ਕੀਤੀਆਂ ਸਿੱਖਾਂ ਦੇ ਹੱਕ ਵਿੱਚ ਤੁਸੀਂ ਕੋਈ ਗਲਤ ਥੋੜੀ ਕੀਤੀਆਂ ਦੋ ਸਾਡੇ ਨਾਮਵਰ ਕਿਸਾਨ ਲੀਡਰਾਂ ਨੂੰ ਹਵਾਈ ਜਾਜ ਇਸ ਲਈ ਨਹੀਂ ਬੈਣ ਦਿੱਤਾ ਕਿ ਉਹਨਾਂ ਨੇ ਕਿਰਪਾਨਾਂ ਬਾਈਆਂ ਸੀ ਅੰਮ੍ਰਿਤਧਾਰੀ ਸੀ ਕਿਰਪਾਨ ਦਾ ਸਾਈਜ਼ ਕੀ ਸੀ 6 ਇੰਚ ਸਾਈਜ਼ ਹੈ 7 ਇੰਚ ਕਾਈਜ਼ ਹੈ ਉਹਨਾਂ ਨੇ ਕੋਈ ਵੱਡੀਆਂ ਕਿਰਪਾਨਾਂ ਨਹੀਂ ਚੁੱਕੀਆਂ ਸੀ ਉਹਦਾ ਹੱਲ ਲੱਭਿਆ ਜਾ ਸਕਦਾ ਸੀ ਜਿਹੜੇ ਜਾਜ ਦੀ ਕੰਪਨੀ ਵਾਲੇ ਉਹ ਉਹਨਾਂ ਨੂੰ ਉਹਨਾਂ ਦੀਆਂ ਕਿਰਪਾਨਾਂ ਦਾ ਕੋਈ ਤਰੀਕਾ ਸੋਚ ਸਕਦੇ ਸੀ ਹਮਮ ਔਰ ਫਿਰ ਵਿਦਿਆਰਥੀਆਂ ਦੇ ਘੜੇ ਦੇਖ ਲਾ ਦਿਓ ਜੀ ਤੁਸੀਂ ਅਮਤਿਹਾਨ ਦੇਣ ਜਾ ਰਹੇ ਹੋ ਮਤਲਬ ਸਿੱਖਾਂ ਦੇ ਜਿਹੜੇ ਧਾਰਮਿਕ ਸਿੰਬਲ ਉਹਨਾਂ ਦਾ ਨਰਾਦਰ ਤੇ ਹਿੰਦੁਸਤਾਨ 'ਚ ਥਾਂ-ਥਾਂ ਹੋ ਰਿਹਾ ਹੈ ਹਾਂਜੀ ਦੂਸਰੀਆਂ ਸਟੇਟਾਂ 'ਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੀ ਮਾਰ ਕਟਾਈ ਇਸ ਕਰਕੇ ਹੋ ਰਹੀ ਹੈ ਵੀ ਉਹ ਸਿੱਖ ਹੋ ਰਹੇ ਤੇ ਰਾਹੁਲ ਗਾਂਧੀ ਨੇ ਕੋਈ ਗਲਤ ਗੱਲ ਨਹੀਂ ਕੀਤੀ ਉਹਨੇ ਉਹਨਾਂ ਨੂੰ ਸਿੱਖਾਂ ਦੇ ਹੱਕ 'ਚ ਬੋਲਿਆ ਇਹ ਬਹੁਤ ਵੱਡੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਸਿੱਖਾਂ ਦੇ ਹੱਕ 'ਚ ਬੋਲਿਆ ਔਰ ਇਸ ਗੱਲ ਨੂੰ ਐਪਰੀਸ਼ੀਏਟ ਈਮਨ ਜਿਹੜੇ ਗੁਰਚਰਨ ਸਿੰਘ ਗਰੇਵਾਲ ਹੈ ਜਨਰਲ ਸੈਕਟਰੀ ਆ ਐਸਜੀਪੀਸੀ ਦੇ ਉਹਨਾਂ ਨੇ ਵੀ ਕੀਤਾ ਚਾਹੇ ਉਹਨਾਂ ਨੇ ਨਾਲ ਕਿੰਤੂ ਪਰੰਤੂ ਲਾ ਦਿੱਤੇ ਪਰ ਉਹਨਾਂ ਨੇ ਇਸ ਗੱਲ ਦੀ ਸ਼ਲਾਗਾ ਕੀਤੀ ਹੈ ਔਰ ਇਸ ਗੱਲ ਦੀ ਸ਼ਲਾਗਾ ਪੰਜਾਬ ਦੇ ਵੱਡੇ ਵੱਡੇ ਜਿਹੜੇ ਅਕਾਲੀ ਲੀਡਰ ਹੈ ਉਹਨਾਂ ਨੇ ਵੀ ਕੀਤੀ ਹੈ ਕਿ ਸਿੱਖਾਂ ਦੇ ਹੱਕ ਵਿੱਚ ਰੋਲ ਗਾਂਧੀ ਨੇ ਇੰਟਰਨੈਸ਼ਨਲ ਲੈਵਲ ਤੇ ਇੱਕ ਚੇਤਨਤਾ ਕ੍ਰੀਏਟ ਕੀਤੀ ਹੈ ਤੋ ਸਿੱਖਾਂ ਨੂੰ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਦੇ ਹੱਕ ਚ ਲੀਡਰ ਆਫ ਆਪੋਜੀਸ਼ਨ ਬੋਲ ਰਿਹਾ ਦੇਸ਼ ਦਾ ਰਮਨੀਤ ਬਿੱਟੂ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਦੇਸ਼ ਨਾਲ ਪਿਆਰ ਨਹੀਂ ਹੈਗਾ ਉੱਥੇ ਜਾ ਕੇ ਬੋਲਦੇ ਨੇ ਜਿਹੜੇ ਮੋਸਟ ਵਾਂਟਡ ਨੇ ਅੱਤਵਾਦੀ ਨੇ ਜਿਹੜੇ ਬੰਬਾਂ ਦੇ ਬੰਬ ਬਣਾ ਦਿੰਦੇ ਨੇ ਉਹਨਾਂ ਦੇ ਮਾਹਿਰ ਨੇ ਉਹਨਾਂ ਦੇ ਹੱਕਾਂ ਦੇ ਵਿੱਚ ਗੱਲਾਂ ਕਰ ਰਹੇ ਨੇ ਕਹਿੰਦੇ ਨਹੀਂ ਦੇਖੋ ਦੇਖੋ ਰਮਨੀਤ ਬਿੱਟੂ ਦਾ ਕੋਈ ਕਸੂਰ ਨਹੀਂ ਰਮਨੀਤ ਬਿੱਟੂ ਮੈਂ ਤੁਹਾਨੂੰ ਕਿਹਾ 파ੜੇ ਦਾ ਟਿੱਕੂ ਹੈ ਉਹਨਾਂ ਨੇ ਉਹਨੂੰ ਦਿੱਤੀ ਹੈ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਹੈ ਫਿਰ ਉਹਨਾਂ ਨੇ ਉਹਨੂੰ ਮਨਿਸਟਰੀ ਵੀ ਦੇ ਦਿੱਤੀ ਹੈ ਉਹ ਆਪਣੇ ਬੀਜੇਪੀ ਨੇ ਜਿਹੜੇ ਲੀਡਰਾਂ ਨੇ ਜ਼ਿੰਦਗੀ ਲਾਈ ਹੈ ਬੀਜੇਪੀ ਬਣਾਉਣ ਚ ਉਹਨਾਂ ਨੂੰ ਹਟਾ ਕੇ ਇਹਨਾਂ ਨੂੰ ਇਹਨੂੰ ਦਿੱਤੀ ਹੈ ਇਹ ਹੈ ਜਹਾ ਹਰਦੀਪ ਪੁਰੀਆ ਜਹਾ ਆਰ ਪੀ ਸਿੰਘ ਹੈ ਜਿਹੜਾ ਉਹਨਾਂ ਦਾ ਸਪੋਕਸਮੈਨ ਦਿੱਲੀ ਬੈਠਾ ਹੈ ਇਹ ਸਿੱਖਾਂ ਦੀ ਡਿਊਟੀ ਜਿਹੜੀ ਹੈ ਬੀਜੇਪੀ ਹਾਈ ਕਮਾਂਡ ਵੱਲੋਂ ਕੀ ਅਮਿਤ ਸ਼ਾ ਲਾ ਰਿਹਾ ਹੈ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾ ਰਹੇ ਕਿਉਂਕਿ ਇਹ ਜਿਹੜਾ ਜਿਹੜੀ ਹੈਗੀ ਹੈ ਸੁਪਰੀਆ ਸ੍ਰੀਨੇਤ ਸਪੋਕਸਪਰਸਨ ਹੈ ਬੜੀ ਇੰਟੈਲੀਜੈਂਟ ਵੱਡੀ ਜਰਨਲਿਸਟ ਵੀ ਰਹੀ ਹੈ ਟਾਈਮਜ਼ ਨੌਚ ਉੱਚੇ ਰੁਤਬੇ ਵਾਲਿਆ ਇਹਦਾ ਹੈਗਾ মিডিਆ ਚ ਸਥਾਨ ਉਹਨਾਂ ਨੇ ਕਿਹਾ ਵੀ ਇਸ ਦੀ ਡਿਊਟੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਲਈਏ ਤਾਂ ਇਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਿਹਾ ਮੈਨੂੰ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਉਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਕਿ ਜਿਹੜੇ ਵੀ ਜਿਹੜੀ ਪਾਰਟੀ ਚੋਂ ਆਂਦੇ ਫੁਰਜ ਕਰੋ ਸਾਜਿਆ ਆਈ ਹੈ ਆਮ ਆਦਮੀ ਪਾਰਟੀ ਛੱਡ ਕੇ ਉਹਦੇ ਨਾਲ ਕਪਿਲ ਮਿਸ਼ਰਾ ਆਇਆ ਆਮ ਆਦਮੀ ਪਾਰਟ ਕੇ ਜਦੋਂ ਆਮ ਆਦਮੀ ਪਾਰਟੀ ਉੱਪਰ ਅਟੈਕ ਕਰਨਾ ਹੁੰਦਾ ਤਾਂ ਭਾਜਪਾ ਉਹਨਾਂ ਦੀ ਡਿਊਟੀ ਲਾਂਦੀ ਹੈ ਆਪਣੇ ਲੀਡਰਾਂ ਦੀ ਨਹੀਂ ਲਾਂਦੀ ਉਹ ਜਿਹੜੀਆਂ ਗੱਲਾਂ ਉਹ ਬਿੱਟੂ ਤੋਂ ਕਵਾਰਨ ਉਹਦਾ ਰਿਐਕਸ਼ਨ ਭਾਜਪੀ ਦਾ ਜੋ ਨੈਸ਼ਨਲ ਪ੍ਰੈਜ਼ੀਡੈਂਟ ਹੈ ਨੱਡਾ ਉਹ ਕਰਦਾ ਜਾਂ ਉਹਨਾਂ ਦਾ ਕੋਈ ਬੁਲਾਰੇ ਬੋਲਦੇ ਭਾਜਪੀ ਦੇ ਉਹ ਕਹਿੰਦੇ ਵੀ ਇਹ ਗਲਤ ਕਹਿ ਰਿਹਾ ਹੈ ਜਾਂ ਜੋ ਵੀ ਜੇ ਉਹਨਾਂ ਨੂੰ ਆਤਵਾਦੀ ਲੱਗਦਾ ਤੇ ਉਹਦੇ ਤੋਂ ਕਹਾਂਦੇ ਤਾਂ ਇਹ ਤੇ ਭਾੜੇ ਦਾ ਟੱਟੂ ਹੈ ਇਹਨਾਂ ਨੂੰ ਇਹਨੂੰ ਰੱਖਿਆ ਹੀ ਅਸੀਂ ਕੰਮ ਲਈ ਹੈ ਜਿਹੜੀਪੁਰੀ ਹੈ ਹਰਦੀਪ ਪੁਰੀ ਦਾ ਕੀ ਸਟੇਟਸ ਹੈ ਗਰਾਊਂਡ ਲੈਵਲ ਤੇ ਪੋਲੀਟਿਕਲ ਉਹ ਜਿੱਤ ਕੇ ਦਿਖਾਏ ਇਲੈਕਸ਼ਨ ਲੜ ਕੇ ਦਿਖਾਏ ਸੋ ਉਹਨਾਂ ਦੀ ਉਹਨਾਂ ਨੂੰ ਜਦੋਂ ਦਿੱਤੀ ਹੋਈ ਆ ਉਹਨੂੰ ਅਰਬਨ ਡਿਵੈਲਪਮੈਂਟ ਮਿਨਿਸਟਰੀ ਦਿੱਤੀ ਹੈ 10 ਸਾਲ ਹੋ ਗਏ ਉਹਨੂੰ ਮੰਤਰੀ ਬਣਿਆ ਹੁਣ ਉਹ 11ਵੇਂ ਸਾਲ 'ਚ ਹੋ ਗਏ 4 ਮਹੀਨੇ ਉੱਪਰ ਵੀ ਹੋ ਗਏ 100 ਦਿਨ ਪੂਰੇ ਹੋ ਗਏ ਸੋ ਇਹਨਾਂ ਨੂੰ ਇਹ ਪਦਵੀਆਂ ਦਿੱਤੀਆਂ ਹੀ ਇਸ ਗੱਲ ਕਰਕੇ ਗਈਆਂ ਕਿ ਵੀ ਤੁਸੀਂ ਜਦੋਂ ਅਟੈਕ ਕਰਨਾ ਹੈ ਕਾਂਗਰਸ ਤੇ ਤੇ ਸਿੱਖ ਹੋ ਕੇ ਜਦੋਂ ਤੁਸੀਂ ਕਾਲੀ ਦਲ ਤੇ ਅਟੈਕ ਕਰਨਾ ਹੈ ਜਾਂ ਸਿੱਖਾਂ ਦੇ ਕਰਨਾ ਹੈ ਤਾਂ ਉਹ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਮੈਂ ਤੇ ਇਹ ਕਵਾਂਗਾ ਕਿ ਜਿਹੜਾ ਬਿੱਟੂ ਹੈ ਇਹ ਮੇਲ ਜਿਹੜੀ ਆਪਾਂ ਕਹਿ ਦਈਏ ਵੀ ਇਹ ਨਕਲ ਸਿੱਖਿਆ ਇਹਨੇ ਕੰਗਣਾ ਰਣੋਤ ਤੋਂ ਸਿੱਖਿਆ ਹੈ ਨੇ ਤੇ ਕੰਗਣਾ ਰਣੋਤ ਨੂੰ ਵੀ ਜਿਹੜੀਆਂ ਉਹ ਸਟੇਟਮੈਂਟਾਂ ਦਿੰਦੀ ਉਹਦੇ ਪਿੱਛੇ ਭਾਜੀਪੀ ਦਾ ਹੱਥ ਹੁੰਦਾ ਤਾਂ ਹੀ ਉਹ ਕਿਸਾਨਾਂ ਨੂੰ ਕਦੀ ਅਤਵਾਦੀ ਕਹਿੰਦੀ ਹੈ ਜਾਂ ਉਹ ਕਿਸਾਨਾਂ ਦੀਆਂ ਜਿਹੜੀਆਂ ਅਮ ਬਜ਼ੁਰਗ ਔਰਤਾਂ ਉਹਨਾਂ ਨੂੰ ਕਹਿੰਦੀ ਹੈ 100-100 ਰੁਪਏ ਚ ਮਿਲਦੀਆਂ ਤਾਂ ਇਹ ਜਿਹੜੀਆਂ ਗੱਲਾਂ ਇਹ ਕਰਦੇ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਭਾਜਪਾ ਦੀ ਪਾਲਿਸੀ ਦਾ ਹਿੱਸਾ ਹੈ ਤਾਂ ਜੇਕਰ ਉਹਨਾਂ ਨੇ ਹਾਰੇ ਹੋਏ ਐਮਪੀ ਨੂੰ ਪੰਜਾਬ ਤੋਂ ਤੇ ਹਾਰੀ ਗਿਆ ਇਹਨੂੰ ਅਮਰਿੰਦਰ ਰਾਜਾ ਵੜਿੰਗ ਨੇ ਹਰਾ ਦਿੱਤਾ ਲੁਧਿਆਣਿਆਂ ਆ ਕੇ ਉੱਥੋਂ ਹਾਰ ਕੇ ਗਿਆ ਤਾਂ ਫਿਰ ਇਸ ਨੂੰ ਉਹਨਾਂ ਨੇ ਮinistr ਪਹਿਲੇ ਬਣਾਤਾ ਰਾਜ ਸਭਾ ਦਾ ਮੈਂਬਰ ਬਾਜ ਬਣਾਇਆ ਰਾਜਸਥਾਨ ਤੋਂ ਬਣਾਤਾ ਬਿਲਕੁਲ ਸਰ ਇਸ ਦੇ ਵਿੱਚ ਇਹ ਵੀ ਚੀਜ਼ਾਂ ਨੇ ਰਵਨੀਤ ਬਿੱਟੂ ਹੋਰਾਂ ਨੇ ਬਿਆਨ ਦਿੱਤਾ ਕਿਉਂਕਿ ਵਿਰੋਧੀ ਧਿਰ ਦੇ ਨੇਤਾਵਾਂ ਵਾਂਗੂੰ ਚੱਲਦੇ ਨੇ ਰਫ ਲਗਾਉਂਦੀ ਬਹੁਤ ਵੱਡੀ ਸਟਰੋਂਗ ਪਾਰਟੀ ਆ ਉਹਨਾਂ ਦੀ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਜਿਵੇਂ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਇਸ ਚਿੱਕ ਨੇ ਲ ਇੱਕ ਨੰਬਰ ਦਾ ਅਤਵਾਦੀ ਹੈ ਪਰ ਕਈ ਲੋਕ ਤਾਂ ਕਹਿ ਰਹੇ ਨੇ ਕਿ ਜਿਹੜਾ ਇਹਦੀ ਜ਼ੁਬਾਨ ਵੱਡ ਕੇ ਲਿਆਏਗਾ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਇਸ ਤਰੀਕੇ ਦੇ ਨਾਲ ਦੇਖੋ ਇਹ ਜਿਹੜਾ ਸ਼ਿਵ ਸੈਨਾ ਦਾ ਬਧਾਇਕ ਹੈ ਸੰਜੀ ਗਾਇਕਵੜ ਇਸ ਨੇ ਜਿਹੜੀਆਂ ਰੱਖਵੇਂ ਕਰਨ ਉੱਪਰ ਪ੍ਰਣਾਲੀ ਉੱਪਰ ਜੋ ਰਾਹੁਲ ਗਾਂਧੀ ਨੇ ਨਵਾਂ ਆਪਣਾ ਸੰਘਰਸ਼ ਸਾਰੇ ਦੇਸ਼ ਵਿੱਚ ਚੁੱਕਿਆ ਉਸ ਕਰਕੇ ਉਹਨੇ ਕਿਹਾ ਵੀ ਇਹ ਰੱਖਵੇਂ ਕਰਨ ਤੇ ਜਿਹੜੀਆਂ ਗੱਲਾਂ ਕਰ ਰਿਹਾ ਹੈ ਇਹਦੇ ਜ਼ਬਾਨ ਵੱਡ ਕੇ ਜਿਹੜਾ ਲਿਆਏਗਾ ਉਹਨੂੰ ਮੈਂ 11 ਲੱਖ ਰੁਪਏ ਦਿਆਂਗਾ ਪਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਭਾਜਪਾ ਦੀ ਜਿਹੜੀ ਮਹਾਰਾਸ਼ਟਰ ਦੀ ਇਕਾਈ ਹੈ ਉਸ ਦੇ ਪ੍ਰਧਾਨ ਚੰਦਰਸ਼ੇਖਰ ਬਾਵਨ ਕੁਲੇ ਨੇ ਇਹ ਕਹਿ ਆ ਵੀ ਸਾਡਾ ਇਹ ਦੀ ਇਸ ਸਟੇਟਮੈਂਟ ਨਾਲ ਕੋਈ ਸਬੰਧ ਨਹੀਂ ਇਹ ਪਾਰਟੀ ਦੀ ਸਟੇਟਮੈਂਟ ਨਹੀਂ ਇਹ ਦੀ ਜਾਤੀ ਸਟੇਟਮੈਂਟ ਹੈ ਉਹਨੂੰ ਉਹਨੂੰ ਡਿਫੈਂਡ ਕਰਨ ਤੋਂ ਉਹਨਾਂ ਨੇ ਦਰ ਕਿਨਾਰਾ ਕਰ ਲਿਆ ਔਰ ਬੀਜੇਪੀ ਵੀ ਚੁੱਪ ਹੈ ਬਾਕੀ ਪਾਰਟੀਆਂ ਵੀ ਚੁੱਪ ਹੈ ਪਰ ਜਿਹੜੀ ਸਪੋਕਸਮੈਨ ਹੈ ਸੁਪਰੀਆ ਸ੍ਰੀਨੇਥ ਉਸਨੇ ਤਾਂ ਇਹਦੇ ਤੇ ਵੀ ਅਟੈਕ ਕੀਤਾ ਵੀ ਇਹ ਜਿਹੜੀਆਂ ਦੇਰ ਇਨ ਸਟੇਟਮੈਂਟਾਂ ਵੀ ਇਹ ਸਾਰੀਆਂ ਸਟੇਟਮੈਂਟਾਂ ਦਾ ਜ਼ਿੰਮੇਵਾਰ ਉਸਨੇ ਅਮਿਤ ਸ਼ਾਹ ਨੂੰ ਠਰਾ ਦਿੱਤਾ ਦੇਖੋ ਇਹੋ ਜੀਆਂ ਸਟੇਟਮੈਂਟ ਬਿੱਟੂ ਚ ਤੇ ਹਿੰਮਤ ਹੀ ਨਹੀਂ ਹੋ ਸਕਦੀ ਬਿੱਟੂ ਜਦੋਂ ਬਿੱਟੂ ਦੀ ਉਮਰ ਉਸ ਵੇਲੇ 34 ਸਾਲ ਸੀ ਜਦੋਂ ਇਹ ਆਨੰਦਪੁਰ ਸਾਹਿਬ ਤੋਂ ਰਾਹੁਲ ਗਾਂਧੀ ਨੇ ਇਹਨੂੰ ਟਿਕਟ ਦਿੱਤੀ ਤੇ ਐਮਪੀ ਬਣਿਆ ਉਸ ਤੋਂ ਬਾਅਦ ਫਿਰ ਦੂਜੀ ਵਾਰੀ ਬਣਿਆ ਲੁਧਿਆਣੇ ਤੋਂ ਹੁਣ ਇਹਦੀ ਉਮਰ ਹੈਗੀ ਐ ਇਸ ਵੇਲੇ 49 ਸਾਲ ਦੇ ਕਰੀ ਤੁਸੀਂ ਇਹ ਦੇਖੋ ਵੀ ਇਹ ਪਿਛਲੇ 15 ਸਾਲ ਚ ਗਰੋ ਕਰਕੇ ਇੱਕ ਮੈਚੂਰ ਪੋਲੀਟੀਸ਼ੀਅਨ ਬਣਨਾ ਚਾਹੀਦਾ ਸੀ ਨਾ ਕਿ ਇਹ ਜਿਹੜੀਆਂ ਗੱਲਾਂ ਇਹ ਕਰ ਰਿਹਾ ਇਕੀਆਂ ਦੁਕੀਆਂ ਨੰਦਾ ਕੋਈ ਅਰਥ ਹੀ ਨਹੀਂ ਹੈ ਤੇ ਯਬਲੀਆਂ ਮਾਰ ਰਿਹਾ ਔਰ ਇਹਦਾ ਕੋਈ ਰੋਲ ਗਾਂਧੀ ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਉਸਨੇ ਆਪਣੀ ਬੜੀ ਮਿਹਨਤ ਕਰਕੇ ਸਾਖ ਬਣਾਈ ਹੈ ਇਹ ਤੇ ਪਾਰਟੀ ਛੱਡ ਗਿਆ ਇਹ ਤੇ ਆਪਣੀ ਪਾਰਟੀ ਨਾਲ ਗਦਾਰੀ ਕਰਕੇ ਗਿਆ ਇਹਨੇ ਆਪਣੇ ਦਾਦੇ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਵੀ ਕਲੰਕ ਲਾ ਦਿੱਤਾ ਬੀਜੇਪੀ ਚ ਜਾ ਕੇ ਔਰ ਤੁਸੀਂ ਇਹ ਦੇਖੋਗੇ ਕਿ راہਲ ਗਾਂਧੀ ਜਦੋਂ 10 ਸਾਲ ਉਹਨਾਂ ਦੀ ਸਰਕਾਰ ਸੀ ਤੋ ਉਹ ਕੁਝ ਵੀ ਬਣ ਸਕਦਾ ਸੀ ਉਹ 2004 ਦਾ ਮੈਂਬਰ ਪਾਰਲੀਮੈਂਟ ਹੈ ਉਹ ਕੁਝ ਵੀ ਬਣ ਸਕਦਾ ਸੀ ਕੋਈ ਮਿਨਿਸਟਰੀ ਲੈ ਲੈਂਦਾ ਤੋ ਡਾਕਟਰ ਸਾਹਿਬ ਨੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਤੂੰ ਪ੍ਰਾਈਮ ਮਿਨਿਸਟਰ ਵੀ ਬਣਨਾ ਚਾਹੁੰਦਾ ਹੈ ਤੇ ਮੈਂ ਕੁਰਸੀ ਛੱਡ ਦੇਣਾ ਤੇਰੇ ਲਈ ਰੋਹਲ ਗਾਂਧੀ ਲਈ ਤੇ ਰੋਹਲ ਗਾਂਧੀ ਨੇ ਉਹਨਾਂ 10 ਸਾਲਾਂ ਵਿੱਚ ਕੋਈ ਮਿਨਿਸਟਰੀ ਨਹੀਂ ਲਈ ਹੂੰ ਤੋ ਤੁਸੀਂ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਵੀ ਕਮਾਲ ਦੇਖੋ ਡਾਕਟਰ ਮਨਮੋਨ ਸਿੰਘ ਹੋਰਾਂ ਨੇ ਐਜ਼ ਅ ਪ੍ਰਾਈਮ ਮਿਨਿਸਟਰ ਉਸ ਨੂੰ ਆਫਰ ਕੀਤੀ ਬਈ ਦੱਸੋ ਤੁਸੀਂ ਕੋਈ ਮਿਨਿਸਟਰੀ ਲੈ ਲਾ 10 ਸਾਲ ਡਾਕਟਰ ਮਨਮੋਨ ਸਿੰਘ ਨੇ ਉਹਨੇ ਕੁਝ ਨਹੀਂ ਲਿਆ ਉਹਦੇ ਅੰਦਰ ਜਿਹੜੀ ਤਿਆਗ ਦੀ ਭਾਵਨਾ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਬਿੱਟੂ ਬਿੱਟੂ ਤੇ ਦੋ ਟੁਕੜਿਆਂ ਤੇ ਵਿਕਿਆ ਹੋਇਆ ਇਨਸਾਨ ਹੈ ਭਈ ਉਹ ਸਿੱਖਾਂ ਦੇ ਹੱਕ 'ਚ ਅਗਰ ਬੋਲ ਰਿਹਾ ਰਾਹੁਲ ਗਾਂਧੀ ਤੇ ਤੂੰ ਜਿਸ ਵੇਲੇ ਉਹਨੂੰ ਅਦੰਗਵਾਦੀ ਕਹਿ ਰਿਹਾ ਹੈ ਤੇ ਤੂੰ ਇੰਨੇ ਲੰਬੇ ਸਮੇਂ ਪਾਰਟੀ ਵਿੱਚ ਰਿਹਾ ਹੈ ਦੋ ਵਾਰੀ ਐਮਪੀ ਬਣਿਆ ਕਾਂਗਰਸ ਦੀ ਮਦਦ ਨਾਲ ਕਾਂਗਰਸ ਦੀਆਂ ਵੋਟਾਂ ਨਾਲ ਤੀਜੀ ਵਾਰੀ ਤੂੰ ਹਾਰਿਆ ਤਾਂ ਫਿਰ ਤੀਜੀ ਵਾਰੀ ਕਿਉਂ ਨਹੀਂ ਜਿੱਤਿਆ ਤੂੰ ਔਰ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੋ ਕੁਝ ਕਹਿ ਰਿਹਾ ਹੈ ਇਹ ਆਪਣੇ ਦਾਦੇ ਸਰਦਾਰ ਬਿਆਨਤ ਸਿੰਘ ਦੀ ਵੀ ਬੇਇੱਜ਼ਤੀ ਕਰ ਰਿਹਾ ਹੈ ਤੋਹੀਨ ਕਰ ਰਿਹਾ ਹੈ ਕਿਉਂਕਿ ਉਹ ਕਦੀ ਵੀ ਐਵੋ ਜੀ ਗੱਲ ਕਿਸੇ ਵੀ ਕਾਂਗਰਸੀ ਲੀਡਰ ਬਾਰੇ ਜਾਂ ਗਾਂਧੀ ਪਰਿਵਾਰ ਦੇ ਵਿੱਚੋਂ ਜਿਹੜੇ ਨਵੀਂ ਜਨਰੇਸ਼ਨ ਦੇ ਲੀਡਰਾਂ ਉਹਨਾਂ ਬਾਰੇ ਨਾ ਉਹ ਕਦੀ ਐਵੋ ਜੀ ਗੱਲ ਕਰਦੇ ਨਾ ਉਹ ਸੁਣਦੇ ਸੋ ਇਸ ਕਰਕੇ ਜਿਹੜੀਆਂ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਕਪਿਲ ਮਿਸ਼ਰਾ ਆਇਆ ਆਮ ਆਦਮੀ ਪਾਰਟੀ ਚੋਂ ਸਾਜਿਆ ਆਈ ਹੈ ਹੁਣ ਸਾਜੀਆ ਦੀ ਕੀ ਮੈਨੂੰ ਦੱਸੋ ਹੋਂਦ ਹੈ ਪਾਰਟੀ 'ਚ ਸਵਾਇਸ ਦੇ ਵੀ ਜਦੋਂ ਆਮ ਆਦਮੀ ਪਾਰਟੀ ਦੀ ਨਿੰਦਾ ਕਰਨੀ ਹੈ ਉਹਨਾਂ ਨੂੰ ਗਾਲਾਂ ਕੱਢਣੀਆਂ ਲੀਡਰਾਂ ਨੂੰ ਕੇਜਰੀਵਾਲ ਨੂੰ ਜਾਂ ਉਹਨਾਂ ਦੇ ਹੋਰ ਲੀਡਰਾਂ ਨੂੰ ਉਸ ਵੇਲੇ ਫਿਰ ਕਪਿਲ ਮਿਸ਼ਰਾ ਤੇ ਜਾਂ ਫਿਰ ਸਾਜੀਆ ਇਹ ਕਿਉਂ ਕਿਉਂਕਿ ਉਹ ਆਮ ਆਦਮੀ ਪਾਰਟੀ 'ਚ ਆਏ ਇਹ ਕਿਉਂਕਿ ਕਾਂਗਰਸ 'ਚੋਂ ਗਿਆ ਇਸ ਲਈ ਉਹ ਇਹਦੀ ਬੰਮ ਰੋੜ ਕੇ ਕਹਿੰਦੇ ਨੇ ਇੱਕ ਹੈ ਉਹਨੂੰ ਕਹਿਣਾ ਪਿਆ ਜੋ ਕਹਿੰਦੇ ਕਿ ਕਿ ਇਹ ਇਸ ਨੂੰ ਇੰਨੀ ਅਕਲ ਨਹੀਂ ਹੋ ਸਕਦੀ ਕਿ ਇੰਨੇ سنگੀਨ ਦੋਸ਼ਾਂ ਵਾਲੀ ਲੀਡਰ ਆਫ اپੋਜੀਸ਼ਨ ਤੇ ਇਹ ਲਾਏ ਮੈਨੂੰ ਤੇ ਇਹ ਵੀ ਪਤਾ ਲੱਗਿਆ ਇਹਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਹਨ ਉਹਦੀ ਇਸ ਸਟੇਟਮੈਂਟ ਤੋਂ ਬਹੁਤ ਦੁਖੀ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ ਵੀ ਇਹ ਕਰ ਕੀ ਰਿਹਾ ਪਰ ਇਹ ਹੁਣ ਕਿਉਂਕਿ ਭਾਜਪਾ ਨੇ ਇਹਨੂੰ ਜੋ ਕੁਝ ਦਿੱਤਾ ਹੈ ਉਦੇ ਬਦਲੇ ਚ ਉਹਨਾਂ ਨੇ ਤੇ ਫਿਰ ਕੁਝ ਲੈਣਾ ਹੀ ਹੈ ਨਾ ਇਹਦੇ ਆਪਣੇ ਪੱਲੇ ਚ ਕੀ ਹੈ ਵੀ ਇਹ ਮਨਿਸਟਰ ਹੋਣਾ ਚਾਹੀਦਾ ਉਹਨਾਂ ਕੋਲ ਆਪਣੇ ਐਮਪੀ ਨਹੀਂ ਸੀ ਹੈਗੇ ਹਮ ਨਰਿੰਦਰ ਮੋਦੀ ਦੀ ਇਸ ਗੱਲ ਤੇ ਅਲੋਚਨਾ ਵੀ ਹੋ ਰਹੀ ਉਹਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਨੇ ਵੀ ਜਿਹੜੇ ਬੰਦੇ ਬਾਹਰੋਂ ਲਿਆਉਂਦੇ ਉਹਨਾਂ ਨੇ ਲਿਆ ਕੇ ਰਾਜ ਸਭਾ ਬਣਾ ਕੇ ਫਿਰ ਉਹਨਾਂ ਨੂੰ ਮੰਤਰੀਆਂ ਦੇ ਉਹਦੇ ਦਿੱਤੇ ਜਾ ਰਹੇ ਇਹ ਤੇ ਉਹਨਾਂ ਦੀ ਬੀਜੇਪੀ ਦੀ ਪਾਲਿਸੀ ਹੈ ਜਿਸ ਦੇ ਅਧੀਨ ਰਵਨੀਤ ਬਿੱਟੂ ਇਹ ਕੰਮ ਕਰ ਰਿਹਾ ਹੈ ਜਾਂ ਜਿਹੜਾ ਹੋਰ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਔਰ ਬਿੱਟੂ ਸਿੱਖਾਂ ਦੇ ਅੱਖ ਚ ਕਿਉਂ ਨਹੀਂ ਬੋਲਦਾ ਨਾ ਬੋਲੇ ਸਿੱਖਾਂ ਦੇ ਅੱਖ ਚ ਸਿੱਖਾਂ ਨਾਲ ਇਹ ਨਾ ਅਨਿਆਇ ਹੋ ਰਿਹਾ ਤੇ ਬੋਲੇ ਕਿਉਂ ਨਹੀਂ ਬੋਲਦਾ ਬਿਲਕੁਲ ਸਰ ਇਹ ਜਿਵੇਂ ਰਵਨੀਤ ਬਿੱਟੂ ਤਕੰਗਣਾ ਦਾ ਮੈਂ ਨਾਮ ਲਿਆ ਕੰਗਣਾ ਵੀ ਇਸੇ ਤਿਕ ਨਾਲ ਬੋਲਦੇ ਰਹਿੰਦੇ ਨੇ ਕੰਗਣਾ ਰਣੌਤ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਇਸ ਤਿਕ ਨਾਲ ਬਿਆਨ ਦੇ ਦਿੱਤੇ ਬੀਤੇ ਦਿਨਾਂ ਦੇ ਵਿੱਚ ਤੁਸੀਂ ਸੁਣੇ ਹੋਣੇ ਆ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਇੰਟਰਵਿਊ ਹੋ ਰਿਹਾ ਸੀ ਕਿ ਸੰਤ ਅਜਨੈਲ ਸਿੰਘ ਪਿੰਡਰਾਂ ਵਾਲੇ ਤਵਾਦੀ ਸੀਗੇ ਜੇ ਉਹ ਸੰਤ ਸੀਗੇ ਤੇ ਉਹ ਉੱਥੇ ਬੰਦੂਕਾਂ ਲੈ ਕੇ ਕਿਉਂ ਬੈਠੇ ਸੀਗੇ ਜਿਹੜੇ ਸਾਡੀ ਆਰਮੀ ਕੋਲ ਹਥਿਆਰ ਨਹੀਂ ਉਹਨਾਂ ਕੋਲ ਹਥਿਆਰ ਸੀਗੇ ਉਹ ਕਾਦੇ ਸੰਤ ਹੋਏ ਇਹ ਲਗਾਤਾਰ ਇਹ ਭੜਕਾਊ ਬਿਆਨ ਕਿਉਂ ਦਿੱਤੇ ਜਾਂਦੇ ਦੇਖੋ ਇਹ ਵੀ ਐ ਜਿਹੜਾ ਪਿੰਡਰਾਂ ਵਾਲਿਆਂ ਵਾਲਾ ਸਮਾ ਸੀ ਉਹ ਤੇ ਲੰਘ ਚੁੱਕਾ ਹੈ ਅੱਜ ਕੱਲ ਦੀ ਗੱਲ ਕਰੀਏ ਤੇ ਰੰਗਣਾ ਕੰਗਣਾ ਕੰਗਣਾ ਰ ਨਵਤ ਨੂੰ ਇਹ ਪੁੱਛਿਆ ਜਾਏ ਕੀ ਆਰਐਸਐਸ ਵਾਲੇ ਸਾਰੇ ਐਕਸਰਸਾਈਜ਼ਾਂ ਕਰਦੇ ਇੰਪ੍ਰੇਟ ਕਰਦੇ ਉਹਨਾਂ ਕੋਲ ਜਿਹੜੀਆਂ ਡਾਂਗਾਂ ਚੁੱਕ ਕੇ ਘੁੰਮਦੇਨ ਤੁਰੇ ਫਿਰਦੇਨ ਉਸ ਬਾਰੇ ਉਹ ਕੀ ਕਹਿਣਾ ਚਾਹੁੰਦੀ ਹੈ ਸਮਝਿਓ ਅਸੀਂ ਹਰ ਗੱਲ ਵਿੱਚ ਸੰਤ ਜਰਨੈਲ ਸਿੰਘ ਨੂੰ ਭਿੰਡਰਾਂ ਲਿਆ ਨੂੰ ਲਿਆ ਕੇ ਅਸੀਂ ਪਛੋਕੜ ਖਰੋਦ ਕੇ ਰਤਬਾ ਆਪਣਾ ਉੱਚਾ ਨਹੀਂ ਕਰ ਸਕਦੇ ਜੇ ਰਬਨੀਤ ਬਿੱਟੂ ਨੇ ਆਪਣਾ ਰਤਬਾ ਉੱਚਾ ਕਰਨਾ ਤੇ ਉਸ ਨੂੰ ਬੋਧਿਕ ਹੋਣਾ ਪਏਗਾ ਦਿਮਾਗੀ ਤੌਰ ਤੇ ਸਹੀ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਤਿਆਰ ਕਰਨਾ ਨਾ ਤੇ ਉਹਦੇ ਅਜ ਤੱਕ ਉਹਨੇ ਪੜੇ ਲਿਖੇ ਵਾਲੀ ਕੋਈ ਸਟੇਟਮੈਂਟ ਨਹੀਂ ਦਿੱਤੀ ਜਦੋਂ ਉਹ ਪਹਿਲੀ ਵਾਰੀ ਆਇਆ ਐਮਪੀ ਬਣਨ ਮਨਿਸਟਰ ਬਣਨ ਤੋਂ ਬਾਅਦ ਰਾਜ ਸਭਾ ਜਿੱਤੇ ਬਾਅਦ ਗਿਆ ਲੁਧਿਆਣੇ ਆਇਆ ਤੇ ਉਹਨੇ ਬੜੀਆਂ-ਬੜੀਆਂ ਸਟੇਟਮੈਂਟਾਂ ਲਾ ਆਦੀਆਂ ਮੈਂ ਪੰਜਾਬ ਦੇ ਸਾਰੇ ਮਸਲੇ ਹੱਲ ਕਰ ਦਿਆਂਗਾ ਮੈਂ ਇਹ ਕਰ ਦਿਆਂਗਾ ਪਾਣੀਆਂ ਦੇ ਕਰ ਦਿਆਂਗਾ ਹੁਣ ਉਹ ਕਿੱਥੇ ਆ ਕਿਹੜੇ ਮਸਲੇ ਪੰਜਾਬ ਦੇ ਗੱਲ ਕਰਨ ਉਹ ਪੰਜਾਬ ਦੇ ਮਸਲਿਆਂ ਦੀ ਤੇ ਗੱਲ ਹੀ ਕੋਈ ਨਹੀਂ ਕਰਦਾ ਜਿਨ੍ਹਾਂ ਨੇ ਉਹਨੂੰ ਮਿਨਿਸਟਰੀ ਦਿੱਤੀ ਹੈ ਉਹ ਮਿਨਿਸਟਰੀ ਵੀ ਕਿਵੇਂ ਬਿਲੀ ਹੈ ਉਹਦੀ ਵੀ ਮੈਂ ਤੁਹਾਨੂੰ ਪਿਛੋਕੜ ਦੱਸਦਾ ਕਿ ਜਦੋਂ ਇਹ ਪਾਰਲੀਮੈਂਟ ਜਿਸ ਸੀਗਾ ਤੇ ਜੋ ਬੰਦੀ ਸਿੰਘ ਹੈ ਉਹਨਾਂ ਦੀ ਜਦੋਂ ਰਿਹਾਈ ਦੀ ਗੱਲ ਹੁੰਦੀ ਸੀ ਤੇ ਉੱਠ ਕੇ ਉਹਨਾਂ ਦੇ ਵਿਰੁੱਧ ਬੋਲਦਾ ਸੀ ਤੇ ਬੋਲਦਾ ਵੀ ਬੜੀ ਤੱਤੀ ਪਾਸ਼ਾ ਸੀਗਾ ਬਈ ਇਹਨਾਂ ਨੂੰ ਨਹੀਂ ਛੱਡਿਆ ਜਾਣਾ ਕਾਤਲ ਨੇ ਅੱਤਵਾਦੀ ਨੇ ਇਹਨਾਂ ਨੇ ਮਾਰੇ ਆ ਸਾਰਿਆਂ ਨੂੰ ਅੱਤਵਾਦੀ ਨੇ ਬੰਦੇ ਮਾਰੇ ਇਹਨਾਂ ਨੇ ਉਹਦੇ ਦਾਦੇ ਨੂੰ ਮਾਰਿਆ ਬਲਾਬਲਾ ਬਿਆਨ ਸਿੰਘ ਦਾ ਕਤਲ ਕੀਤਾ ਉਹ ਠੀਕ ਹੈ ਗੱਲਾਂ ਕਤਲ ਉਹਨਾਂ ਨੇ ਕੀਤੇ ਨੇ ਤੋਂ ਉਹਦੀ ਜਿਹੜੀ ਇਹ ਬੋਲ ਬਾਣੀ ਸੀ ਇਹਦੇ ਤੇ ਨਜ਼ਰ ਪੈ ਗਈ ਪ੍ਰਾਈਮ ਮਿਨਿਸਟਰ ਦੀ ਵੀ ਤੇ ਗ੍ਰਹਿ ਮੰਤਰੀ ਦੀ ਵੀ ਕਿ ਬਈ ਜੇ ਅਸੀਂ ਨੂੰ ਪੁੱਟ ਪੱਟ ਲਈਏ ਤੇ ਇਹਦੇ ਕੋਲ ਵਿਰਾਸਤ ਵੀ ਹੈਗੀ ਹੈ ਬਿਆਨ ਸਿੰਘ ਹੋਰਾਂ ਦੀ ਅਨਿਚੈ ਬਿਅੰਨ ਸਿੰਘ ਨੂੰ ਪੰਜਾਬ ਦੇ ਲੋਕ ਜਾਂ ਸਿੱਖ ਤੇ ਬੁੱਚੜੀ ਸਮਝਦੇ ਉਹਨਾਂ ਨੇ ਫਿਰ ਇਸ ਨੂੰ ਕਮੇਟੀਆਂ 'ਚ ਬਾਤ ਦਾ ਇੱਕ ਦੋ 'ਚ ਜਿਹੜੀਆਂ ਪਾਰਲੀਮੈਂਟ ਦੀਆਂ ਆਉਂਦੀਆਂ ਉਹਨਾਂ ਕਮੇਟੀਆਂ ਰਾਈ ਇਸ ਨੂੰ ਮਿਲਣ ਦਾ ਚਾਂਸ ਮਿਲਿਆ ਮੌਕਾ ਮਿਲਿਆ ਕਿ ਇਹ ਜਾ ਕੇ ਮਿਲਿਆ ਅਮਿਤ ਸ਼ਾਹ ਹோம் ਮਿਨਿਸਟਰੀ ਗ੍ਰਹਿ ਮੰਤਰੀ ਦੇ ਦਫ਼ਤਰ ਜਾਣਾ ਇਹਦਾ ਹੋਰ ਸੌਖਾ ਹੋ ਗਿਆ ਨਹੀਂ ਤੇ ਐਮਪੀ ਆ ਨੂੰ ਤੇ ਕਾਂਗਰਸੀਆਂ ਐਮਪੀਆ ਨੂੰ ਤੇ ਉਹ ਟਾਈਮ ਵੀ ਨਹੀਂ ਦਿੰਦੇ ਨੇ ਨੇੜੇ ਬਿਨ ਲੱਗਣ ਦਿੰਦੇ ਜਿਸ ਵੇਲੇ ਉਹ ਮਿਲਣ ਜਾਂਦਾ ਗ ਜਾਂਦਾ ਤੇ ਉਸ ਨੂੰ ਉਹ ਪੁਚਕਾਰਦੇ ਉਸ ਨੂੰ ਮਤਲਬ ਕੀ ਕਹਿੰਦੇ ਨੇ ਉਸ ਦੀ ਤਾਰੀਫ ਕਰਕੇ ਵੀ ਤੂੰ ਕੀ ਕਰਨਾ ਉੱਥੇ ਤੂੰ ਸਾਡੇ ਕੋਲ ਆ ਜਾ ਅਸੀਂ ਤੈਨੂੰ ਮੰਤਰੀ ਬਣਾ ਦੇਾਂਗੇ ਤੈਨੂੰ ਅਸੀਂ ਇਹ ਕਰ ਦੇਾਂਗੇ ਉਹਨਾਂ ਨੇ ਲਾਲਚ ਲੁੱਲਚ ਦਿੱਤੇ ਤੇ ਇਹਦੇ ਮਨ 'ਚ ਜਿਹੜਾ ਸੀਗਾ ਵੀ ਮੈਂ ਮੰਤਰੀ ਬਣ ਜਾਵਾਂ ਇਹਨੂੰ ਜਿਸ ਲਈ ਹੋਮ ਮਿਨਿਸਟਰ ਬਣਾ ਲਿਆ ਇਹਦੀ ਹਲੇ ਕੋਈ ਆਪਣੀ ਅਜੇ ਹੀ ਸ਼ਖਸੀਅਤ ਤੇ ਬਣੀ ਨਹੀਂ ਸੀ ਕਿ ਉਹਨੂੰ ਲੱਗਦਾ ਵੀ ਹੋਮ ਮਿਨਿਸਟਰ ਕੀ ਹੈ ਮੈਂ ਤੇ ਐਮਪੀ ਹੈਗਾ ਕਾਂਗਰਸ ਵੱਲੋਂ ਦੂਜੀ ਵਾਰੀ ਬਣਿਆ ਹੋਇਆ ਮੇਰਾ ਇੰਨੀ ਪਿੱਛੇ ਜ਼ਿੰਦਗੀ ਹੈ ਇਹ ਉਹਨਾਂ ਦੀਆਂ ਗੱਲਾਂ ਚ ਆ ਗਿਆ ਇਹਨੂੰ ਹੋਮ ਮਿਨਿਸਟਰੀ ਗ੍ਰਹਿ ਮੰਤਰੀ ਇਹਨੂੰ ਪ੍ਰਾਈਮ ਮਿਨਿਸਟਰ ਦੇ ਘਰ ਲੈ ਗਏ ਮੈਨੂੰ ਇਹ ਕਨਫਰਮ ਤੇ ਨਹੀਂ ਸੁਣਨ ਚ ਆਇਆ ਵੀ ਇਹਦੀ ਮਾਤਾ ਵੀ ਨਾਲ ਗਈ ਜਦੋਂ ਪ੍ਰਾਈਮ ਮਿਨਿਸਟਰ ਕੋਲ ਬੁਲਾਇਆ ਗਿਆ ਇਹਨੂੰ ਤੇ ਉੱਥੇ ਪ੍ਰਾਈਮ ਮਿਨਿਸਟਰ ਨੇ ਇਹਨੂੰ ਕਿਹਾ ਵੀ ਤੂੰ ਇਤਨੇ ਬੜੀ ਵਿਰਾਸਤ ਵਾਲੇ ਪਰਿਵਾਰ ਸੇ ਹੋ ਇਹ ਮੈਨੂੰ ਇਹਦੇ ਬੜੇ ਨਜ਼ਦੀਕੀ ਬੰਦਿਆਂ ਨੇ ਦੱਸਿਆ ਮੈਂ ਕੋਈ ਜਿਹੜੀ ਗੱਲ ਕਰ ਰਿਹਾ ਇਹ ਬਿਆਨ ਸਿੰਘ ਦੇ ਰਿਸ਼ਤੇਦਾਰਾਂ ਤੋਂ ਇਹ ਮੈਨੂੰ ਸਾਰਾ ਪਤਾ ਲੱਗਾ ਵੀ ਇਹ ਕਿਵੇਂ ਗਿਆ ਇਹ ਮੈਨੂੰ ਇਸ ਸਟੇਟਮੈਂਟ ਤੋਂ ਪਹਿਲੇ ਦਾ ਪਤਾ ਸੀ ਕਿ ਵੀ ਇਹ ਗਿਆ ਤੇ ਕਿਵੇਂ ਗਿਆ ਸੋ ਇਹ ਕਹਾਣੀ ਹੈ ਇਹਨੂੰ ਪ੍ਰਾਈਮ ਮਿਨਿਸਟਰ ਨੇ ਜਦੋਂ ਇਹਦੀ ਕਮਰ ਤੇ ਹੱਥ ਫੇਰਿਆ ਇਹਨੂੰ ਐ ਲੱਗਿਆ ਵੀ ਠੀਕ ਹੈ ਵੀ ਆਪਾਂ ਕਾਂਗਰਸ ਤੋਂ ਕੀ ਲੈਣਾ ਉਹਨਾਂ ਨੇ ਕਿਹਾ ਤੂੰ ਸਾਡੀ ਪਾਰਟੀ 'ਚ ਆ ਜਾ ਤੈਨੂੰ ਰੁਤਬਾ ਵੀ ਦੇਾਂਗੇ ਥਾਂ ਵੀ ਦੇਾਂਗੇ ਕਾਂਗਰਸ ਦਾ ਤੇ ਕੋਈ ਫਿਊਚਰ ਨਹੀਂ ਹੈਗਾ ਯਾਨੀ ਜਿਸ ਪਾਰਟੀ ਵਿੱਚ ਇਹਦਾ ਸਾਰਾ ਬਣਿਆ ਕੈਰੀਅਰ ਉਹਦੇ ਵਿੱਚ ਇਹਨੂੰ ਆਪਣਾ ਫਿਊਚਰ ਨਹੀਂ ਦਿੰਦਾ ਜਿਸ ਬੰਦੇ ਨੇ ਇਸ ਦਾ ਕੈਰੀਅਰ ਬਣਾਇਆ ਇਸ ਕਰਕੇ ਕਿ ਬਿਆਨ ਸਿੰਘ ਦਾ ਇਹ ਹੋਤਾ ਹੈ ਇਹ ਕਿਤਨਾ ਅਕਿਰਤ ਕਣ ਹੈ ਤੁਹਾਨੂੰ ਪਤਾ ਬੇ ਕਿਰਤ ਕਣ ਨੂੰ ਗੁਰਬਾਣੀ ਚ ਬਹੁਤ ਨਿੰਦਿਆ ਗਿਆ ਉਹਨੂੰ ਵੇਸ਼ਵਾ ਨਾਲੋਂ ਵੀ ਘਟੀਆ ਸਮਝਿਆ ਗਿਆ ਜਿਹੜੀ ਭਾਈ ਗੁਰਦਾਸ ਦੀ ਵਾਰ ਹੈ ਇੱਕ ਤੋਂ ਇਹ ਅਕਿਰਤ ਕਣ ਬੰਦਾ ਇਹਦਾ ਕਿਵੇਂ ਰਤਬਾ ਉੱਚਾ ਹੁੰਦਾ ਇਹ ਹੁਣ ਆ ਕੇ ਪੰਜਾਬ ਵਿੱਚ ਆਪਣੀ ਸਾਖ ਖਰਾਬ ਕਰ ਰਿਹਾ ਜਦੋਂ ਅਗਲੀ ਵਾਰੀ ਪੰਜਾਬ ਚ ਇਲੈਕਸ਼ਨਾਂ ਲੜੇਗਾ ਤਾਂ ਫਿਰ ਇਸ ਨੂੰ ਪਤਾ ਲੱਗੇਗਾ ਕਿ ਇਹਦੇ ਨਾਲ ਜਿਹੜੇ ਥੋੜੇ ਬੋਤੀਆਂ ਵੋਟਾਂ ਸੀਗੀਆਂ ਉਹ ਵੀ ਇਹਦੀਆਂ ਖਤਮ ਹੋ ਗਈਆਂ ਦੀ ਪੰਜਾਬ 'ਚ ਤੇ ਖਾਸ ਕਰਕੇ ਸਿੱਖਾਂ 'ਚ ਇਹਨਾਂ ਇਹਨੂੰ ਉਹਨਾਂ ਨੇ ਇਸ ਕਰਕੇ ਨਹੀਂ ਲਿਆ ਕੇ ਰਵਨੀਤ ਬਿੱਡੂ ਐ ਉਹਨਾਂ ਨੇ ਇਹਦੀ ਪਗੜੀ ਵੀ ਦੇਖੀ ਐ ਇਹਦੀ ਵਿਰਾਸਤ ਵੀ ਦੇਖੀ ਐ ਇਹ ਆਪਣੀ ਵਿਰਾਸਤ ਨੂੰ ਠੁੱਡੇ ਮਾਰ ਰਿਹਾ ਜੇ ਤੁਸੀਂ ਇਹਦੀ ਧਿਆਨ ਨਾਲ ਸੋਚੋ ਜੇਕਰ ਅੱਜ ਬਿਆਨਤ ਸਿੰਘ ਜਿੰਦਾ ਹੁੰਦਾ ਤੇ ਉਹ ਇਹਨੂੰ ਇਹ ਕੰਮ ਕਰਨ ਦੇਂਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਇਹਦੇ ਨਾਲ ਸਾਰਾ ਖਾਨਦਾਨ ਨਹੀਂ ਗਿਆ ਇਹਦਾ ਬਾਕੀ ਤੇ ਇਹਦੇ ਕਾਂਗਰਸ ਚ ਹੀ ਹੈ ਪਰ ਉਹਨਾਂ ਨੂੰ ਇਹ ਸ਼ਰਮਸ਼ਾਰ ਕਰ ਰਿਹਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਕਰ ਰਿਹਾ ਇਹ ਆਪਣੇ ਆਪ ਨੂੰ ਐਕਸਪੋਜ਼ ਕਰ ਰਿਹਾ ਠੀਕ ਹੈ ਬਹੁਤ ਸ਼ੁਕਰੀਆ ਤਾਂ ਸੀਨੀਅਰ ਪੱਤਰਕਾਰ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਤਾਂ ਅੱਜ ਦੀ ਚਰਚਾ ਰਵਨੀਤ ਬਿੱਟੂ ਨੂੰ ਲੈ ਕੇ ਸੀ ਕਿ ਜਿਸ ਤਿੱਕੇ ਨਾਲ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਸੀਗੀ ਕਾਂਗਰਸੀਆਂ ਨੇ ਵੀ ਬਿਆਨ ਦਿੱਤੇ ਕਿ ਦਾ ਦਿਮਾਗ ਘੱਲ ਗਿਆ ਇਸ ਤਿੱਕੇ ਨਾਲ ਇਹ ਗੱਲਾਂ ਕਰ ਰਿਹਾ ਪਰ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਲਗਾਤਾਰ ਜਵਾਬ ਦੇ ਦਿੱਤੇ ਕਿ ਕਹਿੰਦੇ ਨਹੀਂ ਮੇਰੇ ਕੋਲ ਇਲਾਜ ਹੈਗੇ ਸਾਰਿਆਂ ਦੇ ਮੈਂ ਕਰੂੰਗਾ ਪਰ ਰੌਨਲਡ ਦੇ ਵਿੱਚ ਕੀ ਹੁੰਦਾ ਇਹ ਵੀ ਦੇਖਣਾ ਹੈ